अकाल जी, मैं हाँ सायरा ते तुसी देख रहे हो पीटीसी शोकेस। अच्छा, अज दे गेस्ट दे नाल तुहानू मिलवान तो पहला तुहानू पूछना चाहूंगी कि तुसी सुपर हीरोज विच बिलीव करदे हो, क्योंकि अज जेड़े गेस्ट इत्थे आए ने ओ ते करदे ने बिलीव, एंड ओ बिलीव करदे ने रियल सुपर हीरो दे विच। सो तुहानू मिलवाने साडे गेस्ट दे नाल, फिर दस दें कि रियल सुपर हीरो हुंदा कौन है। प्लीज वेलकम वन एंड ओनली सचिन आहूजा जी, रविंदर गरेवाल जी एंड द सुपरस्टार बिस्मार्त सिंह। हुण तां इंटेंशनली कहांगे सीगा तां अनइंटेंशनली, लेकिन ये हो गया, मतलब यू नो वाइब मैच कर दी है ना। यस बिस्मार्त, तुसी किवें हो? ठीक हो? और बिस्मार्त कल्ला नहीं, हुण सुपरस्टार बिस्मार्त सिंह बन गया है ना। हां जी। ओए सो गरवाल साहब, तुसी इस बार जुड़े हो सुपर हिट ट्रैक, जो मैं ऑलरेडी कह रही हां, क्योंकि आई एम वेरी वेरी श्योर, जिवें नींद बड़ी आउंदी इन्नी बार ट्रेंड होया, सुपर हिट ट्रैक बने, ये भी बनेगा। सो हाउ इज इट जॉइनिंग द टीम, किवें लग रहा तुहानू ये गाना करके? बहुत चंगा लग्या, क्योंकि मैं खैर इहो जे गाने बहुत घट आउंदे आ, है ना, ते सचिन होरी भी बधाई दे पात्र ने कि इहो जिहा कंटेंट रिकॉर्ड करदे आ, और बिस्मार्त ने बहुत अच्छा गाया, और दुनिया भर च वसदे सारे बापूआं दे लई ये गाना सुपर हीरो ਮੈਨੂੰ ਲੱਗਦਾ ਸਾਰਿਆਂ ਨੂੰ ਬਹੁਤ ਚੰਗਾ ਲੱਗੂਗਾ। ਯੈਸ, ਸੋ ਸੁਪਰ ਹੀਰੋ ਦੀ ਸ਼ੁਰੂਆਤ 'ਚ ਮੈਂ ਗੱਲ ਕੀਤੀ ਸੀ, ਔਰ ਇਸ ਵਾਰ ਜਿਹੜਾ ਸੁਪਰ ਹੀਰੋ ਨੇ ਸਾਡੇ ਬਾਪੂ ਹੋਰੀ, ਯਾਨੀ ਕਿ ਸਾਡੇ ਡੈਡ, ਸਾਡੇ ਫਾਦਰਸ, ਉਹਨਾਂ ਨੂੰ ਡੈਡੀਕੇਟ ਕੀਤਾ ਇਹ ਗਾਣਾ। ਸਚਿਨ ਸਰ, ਇਹ ਥੋਟ ਕਿਵੇਂ ਆਇਆ ਕਿ ਆਪਾਂ ਇਹੋ ਜਿਹਾ ਕੁਝ ਗਾਣਾ ਬਣਾਉਂਦੇ ਹਾਂ? ਐਕਚੁਅਲੀ ਨੀਂਦ ਬੜੀ ਆਉਂਦੀ ਜਦੋਂ ਕੀਤਾ ਸੀ, ਮੈਨੂੰ ਇਹ ਉਦੋਂ ਲੱਗਦਾ ਸੀ ਵੀ ਲੋਕਾਂ ਨੇ ਬੜਾ ਐਪਰੀਸ਼ੀਏਟ ਕਰਨਾ ਹੈ, ਲੇਕਿਨ ਇੰਨਾ ਐਪਰੀਸ਼ੀਏਟ ਕਰਨਗੇ ਮੈਨੂੰ, ਮਤਲਬ ਮੇਰੀ ਉਮੀਦ ਤੋਂ ਵੀ ਉੱਪਰ ਨਿਕਲ ਗਿਆ। ਅਤੇ ਉਦੋਂ ਤਾਂ ਅਸੀਂ ਸੋਚ ਰਹੇ ਸੀ ਕਿ ਹੁਣ ਨੈਕਸਟ ਕੀ ਕੀਤਾ ਜਾਏ ਜੋ ਕਿ ਬੱਚੇ ਦੇ ਮੂੰਹੋਂ ਚੰਗਾ ਵੀ ਲੱਗੇ ਔਰ ਕੁਛ ਡਿਫਰੈਂਟ ਵੀ ਹੋਏ। ਅਤੇ ਕਈ ਰਾਈਟਰਸ ਨਾਲ ਗੱਲ ਹੋਈ, ਉਹ ਉਸੇ ਦੇ ਆਸ ਪਾਸ ਹੀ ਗਾਣੇ, ਜੀ ਮੈਨੂੰ ਛੁੱਟੀਆਂ ਹੋ ਗਈਆਂ, ਮੈਂ ਹੁਣ ਨਾਨੀ ਘਰ ਜਾਣਾ ਹੈ। ਮੈਂ ਕਿਹਾ ਯਾਰ ਹੁਣ ਹੋ ਗਿਆ, ਉਹ ਸਕੂਲ ਵਾਲਾ ਕੌਨਸੈਪਟ, ਸਾਰੀਆਂ ਚੀਜ਼ਾਂ ਹੋ ਗਈਆਂ ਨਾ, ਅਤੇ ਆਪਾਂ ਹੁਣ ਸਾਰੀ ਜ਼ਿੰਦਗੀ ਉਹੀ ਥੋੜ੍ਹੀ ਗਾਈ ਜਾਵਾਂਗੇ। ਅਤੇ ਫਿਰ ਕਿਤੇ ਪੜ੍ਹਿਆ ਸੀ ਇੱਕ ਕੋਟੇਸ਼ਨ ਕਿ ਫਾਦਰਸ ਬਾਰੇ, ਕਿ ਦੇ ਆ ਸੁਪਰ ਦਾ ਰੀਅਲ ਸੁਪਰ ਹੀਰੋਜ਼ ਇਨ ਅਵਰ ਲਾਈਵਜ਼ ਆਰ ਆਵਰ ਫਾਦਰਸ, ਅਤੇ ਨੋਟ ਐਗਜੈਕਟਲੀ ਦਾ ਸੇਮ ਕੋਟੇਸ਼ਨ ਬਟ ਸਮਵਟ ਲਾਈਕ ਦਿਸ। ਅਤੇ ਉੱਦਾਂ ਹੀ ਮੇਰੇ ਫਿਰ ਮਨ 'ਚ ਆਇਆ, ਮੈਂ ਕਿਹਾ ਯਾਰ ਕਿਉਂ ਨਾ ਵੀ ਫਾਦਰਸ ਬਾਰੇ ਹੋਣਾ ਚਾਹੀਦਾ, ਕਿਉਂਕਿ ਮਾਵਾਂ ਬਾਰੇ ਤਾਂ ਬਹੁਤ ਗਾਣੇ ਹੁੰਦੇ ਆ, ਅਤੇ ਅੱਜ ਕੱਲ੍ਹ ਦੀ ਵੋਕੈਬਲਰੀ ਯੂਜ਼ ਕਰਕੇ ਅੱਜ ਕੱਲ੍ਹ ਦੇ ਜਨਰੇਸ਼ਨ ਦੇ ਲਈ। ਅਤੇ ਬਸ ਫਿਰ ਗਾਣਾ ਲਿਖਵਾਇਆ, ਬਣਾਇਆ, ਮਿਊਜ਼ਿਕ ਤਿਆਰ ਕੀਤਾ, ਇਹਦੇ ਤੋਂ ਗਵਾਇਆ, ਦੈਨ ਵੀਡੀਓ ਦੀ ਤਿਆਰੀ ਕੀਤੀ, ਦੈਨ ਭਾਅ ਜੀ ਨਾਲ ਸੰਪਰਕ ਕੀਤਾ ਮੈਂ। ਮੈਂ ਕਿਹਾ ਵੀ ਇਸ ਤੋਂ ਘੈਂਟ ਬਾਪੂ ਤਾਂ ਮੈਨੂੰ ਔਨ ਸਕਰੀਨ ਮਿਲ ਨਹੀਂ ਸਕਦਾ। ਯੈਸ ਸਚਿਨ ਜੀ, ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿੱਦਾਂ ਆਪਾਂ ਗਾਣਾ, ਕੋਈ ਆਪਣੇ ਮਾਇੰਡ 'ਚ ਥੋਟ ਆਉਂਦਾ ਵੀ ਆਪਾਂ ਗਾਣਾ ਕਰਦੇ ਹਾਂ, ਹੈ ਨਾ, ਵੈਨ ਸਪੈਸੀਫਿਕ ਏਜ ਗਰੁੱਪ ਇਨਵੋਲਵ ਹੁੰਦਾ, ਜਿਵੇਂ ਕਿ ਬਿਸਮਾਰਤ ਦਾ ਏਜ ਗਰੁੱਪ ਹੈ, ਇਹ ਜਦੋਂ ਤੁਸੀਂ ਕਿਹਾ ਨਾ ਵੀ ਮੂੰਹੋਂ ਵਧੀਆ ਵੀ ਲੱਗੇ, ਬਟ ਦੈਨ ਜਿਹੜੇ ਵੱਡੇ ਸੁਣਦੇ ਹਾਂ, ਅਸੀਂ ਸੁਣਦੇ, ਤੁਸੀਂ ਸੁਣਦੇ, ਸਾਰੇ ਜਿਹੜੀ ਜਨਤਾ ਸੁਣਦੇ, ਉਹਨਾਂ ਨੂੰ ਵੀ ਕੁਆਰਕੀ ਲੱਗਣਾ ਚਾਹੀਦਾ। ਇਹ ਜਿਹੜਾ ਇੱਕ ਬੈਲੈਂਸ ਹੈ ਵੀ ਵੱਡਿਆਂ ਨੂੰ ਵੀ ਵਧੀਆ ਲੱਗੇ ਅਤੇ ਛੋਟਿਆਂ ਦੇ ਮੂੰਹੋਂ ਵੀ ਚੰਗਾ ਲੱਗੇ, ਯੂ ਨੋ, ਐਵਰੀਬਡੀ ਸ਼ੁੱਡ ਲਾਈਕ ਇਟ, ਇਹ ਬੈਲੈਂਸ ਕਿਵੇਂ ਸਟ੍ਰਾਈਕ ਕਰਦੇ? ਦੇਖੋ, ਇਹ ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਇਹ ਸੀ ਕਿ ਜਦੋਂ ਨਾ ਬਿਸਮਾਰਤ ਦਾ ਪਹਿਲਾ ਗਾਣਾ ਕੀਤਾ ਸੀ, ਅਤੇ ਜਦੋਂ ਬਿਸਮਾਰਤ ਦੇ ਫਾਦਰ ਹਰਜੋਤ ਭਾਅ ਜੀ ਆਏ ਮੇਰੇ ਕੋਲ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਭਾਅ ਜੀ ਮੈਂ ਇਹਦੇ ਤੋਂ ਉਹੀ ਗਾਣੇ ਕਰਾਊਂਗਾ ਜੋ ਬੱਚੇ ਦੇ ਮੂੰਹੋਂ ਚੰਗੇ ਲੱਗਣਗੇ, ਮੈਂ ਨੋਰਮਲ ਰੂਟੀਨ ਵਾਲੇ ਗਾਣੇ ਇਹਦੇ ਤੋਂ ਨਹੀਂ ਗਵਾਊਂਗਾ, ਜੇ ਗਾਣਾ ਹੋਏਗਾ ਤਾਂ ਕਰਾਂਗੇ, ਨਹੀਂ ਹੋਏਗਾ ਤਾਂ ਨਹੀਂ ਕਰਾਂਗੇ, ਸਿੰਪਲ ਹੈ। ਅਤੇ ਖੈਰ ਨੀਂਦ ਬੜੀ ਆਉਂਦੀ ਵਧੀਆ ਸਾਨੂੰ ਮਿਲ ਗਿਆ, ਦੈਨ ਦਿਸ ਹੈਪਨਡ। ਅਤੇ ਵੱਡਿਆਂ ਨੂੰ, ਕਿਉਂਕਿ ਦੇਖੋ ਆਪਾਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ, ਸਾਡੇ ਅੰਦਰ ਦੀ ਜੋ ਫੀਲਿੰਗਸ ਨੇ ਉਹ ਤਾਂ ਉਹੀ ਰਹਿੰਦੀ ਹੈ ਨਾ। ਨੀਂਦ ਬੜੀ ਆਉਂਦੀ, ਹੁਣ ਨੀਂਦ ਤਾਂ ਬੜੀ ਬੱਚਿਆਂ ਨੂੰ ਵੀ ਆਉਂਦੀ ਹੈ ਅਤੇ ਵੱਡਿਆਂ ਨੂੰ ਵੀ ਆਉਂਦੀ ਹੈ। ਮੇਰੇ ਲਈ ਤਾਂ ਡੈਡੀ ਮੇਰਾ ਹੀ ਬਸ ਸੁਪਰ ਹੀਰੋ ਹੈ, ਇਹ ਇਸ ਗਾਣੇ ਦੀ ਹੁੱਕ ਲਾਈਨ ਹੈ। ਅਤੇ ਜੇ ਬਿਸਮਾਰਤ ਲਈ ਉਹਦੇ ਫਾਦਰ ਸੁਪਰ ਹੀਰੋ ਹੈ, ਤਾਂ ਮੇਰੇ ਲਈ ਵੀ ਤਾਂ ਮੇਰੇ ਫਾਦਰ ਸੁਪਰ ਹੀਰੋ ਹੈ ਨਾ, ਤੁਹਾਡੇ ਲਈ ਵੀ ਤੁਹਾਡੇ ਫਾਦਰ ਸੁਪਰ ਹੀਰੋ ਹੈ, ਇਹਨਾਂ ਲਈ ਵੀ ਇਹਨਾਂ ਦੇ ਫਾਦਰ ਸੁਪਰ ਹੀਰੋ ਹੈ। ਸੋ ਐਵਰੀਬਡੀ ਕੈਨ ਰਿਲੇਟ, ਜੋ ਬੋਲ ਨੇ ਗਾਣੇ ਦੇ ਉਹਦੇ ਨਾਲ ਹਰ ਬੰਦਾ ਰਿਲੇਟ ਕਰਦਾ, ਤਾਂ ਇਸ ਕਰਕੇ ਇੱਦਾਂ ਲੱਗਦਾ ਵੀ ਸਾਡੀ ਕਹਾਣੀ ਹੈ, ਬਸ ਗਾਇਆ ਬੱਚੇ ਨੇ।
वाह, वेरी वेल सैड। गरवाल साहब, थोनू पूछना चाहूँगी, जिमें हमने सचिन जी ने कहा कि फादर साढ़े सुपर हीरो होंगे ने, तो रिलेशन हाउ हैज़ इट बीन? एक कई बच्चे होंगे थोड़ा डर डर के रेंगे पेरेंट्स, आई थिंक जनरली बॉयज़ थोड़ा पेरेंट्स तो मतलब पापा तो थोड़ा जहा हिचकते हैं, कुड़ियों का ज़्यादा प्यार होंगे, हाउ हैज़ इट बीन फॉर यू? नहीं, मेरा तो खैर इदा डरन वाली तो कोई गल नहीं, साढ़े फादर बहुत कूल ने और हमेशा एक होंगे ना कि थोनू सपोर्ट हर टाइम महसूस होंगी आ। सो मैनू भी मतलब अज तक भी इदा एक होंगे कि हाँ पिछे कोई ना कोई खड़ा और उन्होंने कदे कोई नैगेटिव गल अज तक मैं उन्होंने मूँह सुनी हुई नहीं है ना। कोई भी चीज़ मैं कि कोई वड्डा काम भी करना हो, जे मैं थोड़ा बहुत कित कन्फ्यूज भी होव फिर भी उन्होंने इन्ना ही कहना नहीं इधरों ऐ कर लाँगे इदा इदा करके इन्हें हो जाना, मतलब हमेशा पॉजिटिव ही रेंदे वो। सो वो बहुत वड्डी चीज़ होंगी है और मैनू लगता कि हर बंदे नूं बहुत माण होंदा अपने फादर दे उत्ते। और चलो फादर दी गल थोड़ी घट हुई है साडे कल्चर साडे गाणियां दे विच है ना, तो पर हुण तां खैर शुरू हो चुकी है ना, पर वो एक जिहड़ी जिहड़ा मेन थम हुंदा है ना घर दा, वो मेरे हिसाब नाल फादर हुंदा और उहदा थोनूं बहुत वड्डा हौसला हुंदा और मैनू वी अपने फादर दा। सचिन सर, जिद्दां यू हैव अ लेजेंडरी फिगर एज योर फादर फिगर, ये बहुत वड्डी गल है, असीं जदों बाहरों देखदे आ सानूं लगदा कि ओ माई गॉड, एक लैजेंड दे नाल रहना और वो तुहानूं करे यू नो गाइड कर रहे ने, पता नहीं डांट भी रहे ने, पता नहीं मार भी पई होगी, आई डोंट नो, आई वॉन्ट टू नो एक्चुअली As a father, was he very strict? छोटे होंदे मतलब हुण ते नहीं, of course. मैं exactly, obviously he was strict. Okay. मतलब but उन्ने भी नहीं, मतलब इतना दहशत वाला भी कुछ नहीं सीगा, लेकिन एक फादर और बेटे दे विच जो एक थोड़ा जा एक हुंदा है ना, एक सारियां च हुंदा होना आई थिंक वो सीगा, ते वो सगो हुण घट गया, मतलब विद टाइम विद माहौल, क्योंकि हुण थोड़ा जा ओवरऑल ही माहौल थोड़ा जा रिलैक्स जिहा हो गया, ते पईआं गालां भी बहुत पईआं, छित्तर भी बहुत पए आ, छित्तर पए आ तां इत्थे तक पहुंचे आ, नहीं तां पता नहीं कित्थे रुल रहे हुंदे। ते सब तो मुश्किल काम मेरे लिए पता की सी सायरा, मैं जदों काम करना शुरू किया, मेरे फादर दा नाम इन्ना वड्डा है, मेरे लिए सब तो वड्डा चैलेंज ये सी कि भी मैं जो भी काम करा एटलीस्ट कोई ये ना कहे यार थोड़ा मुंडा वधिया काम नहीं करता, या उन्हां दा नाम खराब ना होया, आई मीन टू से मेरी लाइफ दा सिर्फ यही एम सी कि उन्हां दा नाम ना खराब होए, मेरा बने ना बने गल अलग है, बस फिर परमात्मा साथ दे दे तां फिर सारा कुछ ही वो हो जांदा, ते सारा कुछ ही वधिया हो गया, चलो चल पिया साडा भी काम माड़ा मोटा, लेकिन हैविंग हिम अराउंड इज़ लाइक अ ब्लैसिंग एज एन आर्टिस्ट। जे मैं गल करा फिर तो उस तो वड्डी कोई गल ही नहीं है, बट एट द सेम टाइम एज अ फादर, मैं अपने फादर नाओं कदे भी जिंदगी झूठ नहीं बोलिया, मैं जिन्नी मर्जी वड्डी गल होए मेरे तो झूठ बोलिया नहीं जाता उन्होंने सामने, मेरी प्रॉब्लम है, मैं सोच के जाऊँगा कोई भी इदा की कोई भी गल होंगी है भी मैं सही नहीं दसनी, मैं जो उन्होंने सामने पहुँचता ना मेरे मूहों ऑटोमैटिकली सच निकल जाता, कदे भी झूठ नहीं बोलिया उन्होंने सामने। और अपनी लाइफ का कोई भी वड्डा डिसीजन, वड्डा की छोटा डिसीजन भी मैं उन्होंने दसे बगैर नहीं लिया, ठीक है परमात्मा ने इन्हें जोगे करता असी हुण आप अपने आप सारा कुछ करी जाने, लेकिन स्टिल इफ आई हैव टू बाय अ कार आई विल टॉक टू हिम, आई विल टेक हिज एडवाइस, उन्होंने पुछ के उन्होंने दस के, मतलब जे उन्होंने कहता भी ये गड्डी नहीं लैनी तो फिर मैं नहीं लैंदा, ये कई बार होया है। ਇਹ ਗੱਲ ਸੁਣਨ 'ਚ ਇੱਦਾਂ ਛੋਟੀ ਜਿਹੀ ਲੱਗਦੀ ਹੈ ਕਿ ਫਿਰ ਕਿਉਂ ਅੱਜ ਨਹੀਂ ਲਏ ਤਾਂ ਨਹੀਂ, ਬਟ ਆਈ ਅੰਡਰਸਟੈਂਡ ਜਦੋਂ ਆਪ ਅਸੀਂ ਲਾਈਫ 'ਚ ਇੰਨਾ ਗਰੋ ਕਰ ਜਾਂਦੇ ਹਾਂ, ਯੂ ਨੋ ਫਾਈਨੈਂਸ਼ਲੀ ਵੀ ਇੰਡੀਪੈਂਡੈਂਟ ਆ, ਵੀ ਆਰ ਅਡਲਟ ਨਾਓ, ਬਹੁਤ ਜਲਦੀ ਔਰ ਜਿਹੜੀ ਜਨਰੇਸ਼ਨ ਦੀ ਮੈਂ ਹਾਂ ਇਹ ਜਨਰੇਸ਼ਨ ਦੇ ਬਹੁਤ ਜਲਦੀ ਹੋ ਜਾਂਦੀ ਕਿ ਹੁਣ ਅਸੀਂ ਕਿਉਂ ਪੁੱਛੀਏ ਕਿਸੇ ਨੂੰ, ਅਸੀਂ ਤਾਂ ਆਪਣੇ ਰਾਜੇ ਹਾਂ, ਹੁਣ ਨਹੀਂ ਅਸੀਂ ਪੁੱਛਦੇ, ਬਟ ਟੂ ਕੰਸਿਡਰ ਯੋਰ ਪੇਰੈਂਟਸ ਡਿਸੀਜ਼ਨ, ਆਈ ਥਿੰਕ ਉਸ ਤੋਂ ਵੱਡੀ ਰਿਸਪੈਕਟ ਉਹਨਾਂ ਨੂੰ ਹੋਰ ਕੋਈ ਚਾਹੀਦੀ ਵੀ ਨਹੀਂ ਹੁੰਦੀ ਕਿ ਪੁੱਛ ਲੈਣ ਅਸੀਂ ਔਰ ਯੂ ਨੋ ਸਾਡੀ ਗੱਲ ਮੰਨ ਲੈਣ, ਨਥਿੰਗ ਮੋਰ ਦੈਨ ਦੈਟ, ਐਂਡ ਆਈ ਥਿੰਕ ਐਵਰੀ ਪੇਰੈਂਟ ਡਿਜ਼ਰਵ ਦਿਸ ਰਿਸਪੈਕਟ। ਅੱਜ ਦੀ ਡੇਟ 'ਚ ਜਿੱਥੇ ਬਹੁਤ ਸਾਰੇ ਆਰਟਿਸਟ PR ਲੈ ਕੇ ਬਾਹਰ ਜਾ ਰਹੇ ਆ, ਹਾਂਜੀ ਮੈਨੂੰ ਵੀ ਕਈਆਂ ਨੇ ਕਿਹਾ, ਮੈਂ ਸੋਚਿਆ ਵੀ ਉਹਦੇ ਬਾਰੇ, ਔਰ ਮੇਰੇ ਲਈ ਆਈ ਡੋਂਟ ਥਿੰਕ ਇਟਸ ਅ ਵੈਰੀ ਟਫ ਜੋਬ, ਮੈਨੂੰ ਮਿਲ ਵੀ ਸਕਦੀ ਹੈ ਈਜ਼ੀਲੀ, ਬਟ ਮੇਰੇ ਦਿਮਾਗ 'ਚ ਭਾਅ ਜੀ ਸਿਰਫ ਇੱਕੋ ਖਿਆਲ ਆਇਆ, ਮੈਂ ਕਿਹਾ ਯਾਰ ਸਾਰੀ ਜ਼ਿੰਦਗੀ ਜਿਹੜੇ ਮਾਂ ਬਾਪ ਨੇ ਸਾਨੂੰ ਸਾਡੀ ਸੇਵਾ ਹੀ ਕੀਤੀ ਹੈ, ਬੱਚਿਆਂ ਦੀ ਸੇਵਾ ਹੀ ਕਰਦੇ ਆ ਮਾਂ ਬਾਪ,
ਤੇ ਜਦੋਂ ਉਹਨਾਂ ਨੂੰ ਸਾਡੀ ਜਿਸ ਵੇਲੇ ਲੋੜ ਹੈ ਉਸ ਵੇਲੇ ਮੈਂ ਪੀ ਆਰ ਲੈ ਕੇ ਕਹਾਂ ਜੀ ਮੈਂ ਤਾਂ ਚੱਲਿਆ ਕੈਨੇਡਾ, ਮੈਂ ਕਿਹਾ ਮੈਂ ਤਾਂ ਨਹੀਂ ਜਾਂਦਾ, ਨੋ ਮੈਟਰ ਵਾਟ, ਮੇਰੇ ਬੱਚਿਆਂ ਨੇ ਜਾਣਾ ਹੋਏਗਾ, ਜਦੋਂ ਉਸ ਲਾਇਕ ਹੋ ਜਾਣਗੇ ਚੱਲ ਜਾਣ, ਮੈਂ ਨਹੀਂ ਜਾਊਂਗਾ ਆਪਣੇ ਫਾਦਰ ਨੂੰ ਛੱਡ ਕੇ। ਸੋ ਸਚਿਨ ਜੀ, ਮੈਂ ਤੁਹਾਨੂੰ ਅਤੇ ਔਡੀਅੰਸ ਨੂੰ ਕਿਹਾ ਸੀ ਕਿ ਕਿੱਸਾ ਸੁਣਾਊਂਗੀ ਮੈਂ ਵਾਪਸ ਆ ਕੇ। ਉਹ ਕਿੱਸਾ ਇਹ ਹੈ ਕਿ ਮੈਂ ਹੁਣੇ ਪਿੱਛੇ ਜੇ ਬਾਹਰ ਗਈ ਸੀ, ਮੈਂ ਉੱਥੇ ਇੱਕ ਆਪਣੇ ਇੰਡੀਅਨ ਹੀ ਸੀਗੇ, ਨੋ ਆਈ ਗੈਸ ਸ਼ੀ ਵਾਜ਼ ਸਾਊਥ ਏਸ਼ੀਅਨ ਬੇਸਿਕਲੀ, ਨੋਟ ਇੰਡੀਅਨ, ਆਮ ਨੋਟ ਸ਼ੋਰ। ਅਤੇ ਉਹਨਾਂ ਦੀ ਗੱਡੀ 'ਚ ਮੈਂ ਬੈਠੀ ਐਂਡ ਗੱਡੀ 'ਚ ਗਾਣਾ ਲੱਗਾ ਹੋਇਆ ਸੀਗਾ ਜਾਨ ਜਾਨ ਜੈਲੀ ਵਾਲਾ, ਓਹ, ਐਂਡ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਕਦਮ ਮੈਂ ਬੜੀ ਖੁਸ਼ ਹੋਈ, ਮੈਂ ਤੁਹਾਨੂੰ ਸਟੋਰੀ ਵੀ ਭੇਜਣੀ ਸੀ ਉਸ ਦਿਨ, ਮੈਂ ਬਣਾਈ ਹੋਈ ਹਾਲੇ ਤੱਕ ਫੋਨ 'ਚ, ਮੈਂ ਬਹੁਤ ਖੁਸ਼ ਹੋਈ। ਮੈਂ ਕਿਹਾ ਯੂ ਲਾਈਕ ਦਿਸ ਸੌਂਗ? ਕਹਿੰਦਾ ਯਾਰ ਲਵ ਦਿਸ ਸੌਂਗ ਮੈਨ, ਦਿਸ ਇਜ਼ ਮਾਈ ਫੇਵਰੇਟ ਸੌਂਗ। ਔਰ ਉਹਨਾਂ ਨੇ ਇੰਨਾ ਐਗਜੈਜਰੇਟ ਕੀਤਾ ਕਿ ਬਈ ਮੈਂ ਤਾਂ ਇਹ ਗਾਣਾ ਬਹੁਤ ਸੁਣਦਾ ਵਾਂ, ਐਂਡ ਦਿਸ ਉਹਨਾਂ ਨੂੰ ਇਹ ਵੀਡੀਓ ਵੀ ਸਾਰੀ ਐਕਸਪਲੇਨ ਕਰਕੇ ਮੈਨੂੰ ਬੋਲ ਕੇ ਦੱਸਣ ਲੱਗੇ, ਇੱਦਾਂ 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 ਦੀ ਵੀਡੀਓ ਰੱਖ। ਆਈ ਵਾਜ਼ ਲਾਈਕ ਯਾਰ ਬਾਹਰਲੇ ਦੇਸ਼ਾਂ 'ਚ ਇੰਨਾ ਕਰੇਜ਼, ਔਰ ਉਹ ਗਾਣਾ ਕਿੰਨੇ ਸਾਲ ਪੁਰਾਣਾ ਸਰ, ਛੋਟੀ ਜਿਹੀ ਸੀ ਮੈਂ ਜਦੋਂ ਗਾਣਾ, ਹਾਂ, ਐਂਡ ਆਈ ਵਾਜ਼ ਲਾਈਕ ਮੈਂ ਵੀ ਉਦੋਂ ਛੋਟਾ ਹੀ ਸੀ। ਬਟ ਸੀਰੀਅਸਲੀ, ਇਹ ਜਿਹੜੇ ਤੁਸੀਂ ਗੱਲ ਕੀਤੀ ਸੀ ਨਾ ਕਿ ਪ੍ਰਾਊਡ ਫੀਲ ਕਰਦੇ ਹੋਣਗੇ ਪੇਰੈਂਟਸ ਕਿ ਅਸੀਂ ਚੰਗਾ ਕੰਮ ਕਰਦੇ, ਡੈਫੀਨੇਟਲੀ। ਔਰ ਉਹ ਤੁਹਾਡਾ ਕੰਮ ਹਲੇ ਕਈ ਸਾਲ ਪੁਰਾਣਾ ਕੀਤਾ ਵੀ ਅੱਜ ਤੱਕ ਟਰੈਵਲ ਕਰਦਾ, ਸੋ ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਦਾ, ਬਹੁਤ ਸ਼ੁਕਰ। ਸੋ ਬਿਸਮਾਤ ਸਿੰਘ ਜੀ, ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਪਾਪਾ ਤੋਂ ਮਾਰ ਪੈਂਦੀ ਹੈ ਤੁਹਾਨੂੰ? ਸੱਚੀ ਦੱਸਣਾ? ਹਾਂਜੀ, ਥੋੜ੍ਹੀ ਪੈਂਦੀ ਆ। ਕਿਹੜੀ ਗੱਲ ਤੋਂ? ਜੇ ਕੋਈ ਗਲਤੀ ਕਰ ਲਈ ਫਿਰ ਪੈਂਦੀ ਆ। ਸ਼ੈਤਾਨੀ ਸ਼ੈਤਾਨੀ ਕਰਦਾ, ਸ਼ੈਤਾਨੀ ਕਰਨ ਤੇ ਸ਼ੈਤਾਨੀਆਂ ਕਰਦੇ ਹੋ ਤੁਸੀਂ? ਅੱਛੀ ਗੱਲ ਹੈ ਨਾ, ਇਹਦਾ ਪਿਕਅਪ ਬਹੁਤ ਫਾਸਟ ਹੈ ਔਰ ਮਿਹਨਤੀ ਬੱਚਾ ਹੈ, ਸਿੱਖਦਾ ਹੈ, ਕਈ ਸਾਲਾਂ ਤੋਂ ਸਿੱਖ ਰਿਹਾ। ਇਹ ਢੋਲ ਵਜਾ ਲੈਂਦਾ, ਹਾਰਮੋਨੀਅਮ ਵਜਾ ਲੈਂਦਾ, ਗਾ ਤਾਂ ਓਬਵੀਅਸਲੀ ਲੈਂਦਾ ਹੀ ਹੈ, ਹੁਣ ਤਾਂ ਐਕਟਰ ਵੀ ਬਣ ਗਿਆ। ਔਰ ਮੈਂ ਭਾਅ ਜੀ ਨਾਲ ਵੀ ਗੱਲ ਕਰ ਰਿਹਾ ਸੀ, ਭਾਅ ਜੀ ਨੇ ਹੁਣ ਐਕਸਪੀਰੀਅੰਸ ਵੀ ਕੀਤਾ ਕੰਮ ਕਰਕੇ ਨਾਲ, ਕਿ ਬਹੁਤ ਜ਼ਿਆਦਾ, ਮਤਲਬ ਜਿੱਦਾਂ ਕਹਿੰਦੇ ਨਾ ਕਿ ਵੀ ਵਾਰ ਵਾਰ ਦੱਸਣਾ, ਵਾਰ ਵਾਰ ਉਹ ਕਰਨਾ, ਇਹਨੂੰ ਐਕਸਪਲੇਨ ਕਰ ਦਿਉ ਬੇਟਾ ਇੱਦਾਂ ਚਾਹੀਦਾ, ਮੈਂ ਹੀ ਵਿਲ ਡੂ ਇਟ ਵੈਰੀ ਫਾਸਟ। ਸੋ ਸਭ ਤੋਂ ਅੱਛੀ ਖੂਬੀ ਹੈ, ਮੈਂ ਤਾਂ ਇਹੀ ਕਹਿ ਰਿਹਾ ਸੀ, ਮੈਂ ਕਿਹਾ ਪਰਮਾਤਮਾ ਇਹਦੇ ਸਾਰੇ ਗੁਣ ਹੈਗੇ, ਆਰਟਿਸਟਾਂ ਵਾਲੇ ਗੁਣ ਹੈਗੇ ਹੈ, ਅਤੇ ਪਰਮਾਤਮਾ ਇਹਦੀ ਇਸ ਖੂਬੀ ਨੂੰ ਇੱਦਾਂ ਹੀ ਬਰਕਰਾਰ ਰੱਖੇ, ਤਾਂ ਕਿ ਵੱਡਾ ਜਦੋਂ ਹੋਏਗਾ ਤੇ ਇਸ ਖੂਬੀ ਦਾ ਇਹਨੂੰ ਬਹੁਤ ਫਾਇਦਾ ਹੋਏਗਾ। ਡੈਫੀਨੇਟਲੀ। ਸੋ ਨਾਓ ਵੀ ਗੋਇੰ ਟੂ ਪਲੇ ਅ ਗੇਮ, ਠੀਕ ਹੈ? ਤੁਸੀਂ ਆਪਣੇ ਐਕਸ਼ਨਸ ਨਾਲ ਸਮਝਾਉਣਾ ਹੈ ਸਰ ਨੂੰ, ਸਚਿਨ ਸਰ ਨੂੰ ਤੇ ਬਿਸਮਾਤ ਨੂੰ ਕਿ ਤੁਸੀਂ ਕੀ ਕਹਿ ਰਹੇ ਹੋ, ਐਂਡ ਦੈਨ ਬਿਸਮਾਤ, ਦੈਨ ਸਚਿਨ ਸਰ। ਸਚਿਨ ਸਰ ਤੇ ਰਾਜਾ ਇਸ ਗੇਮ ਦੇ, ਦੇਖਣਾ ਨੀ ਤੁਸੀਂ, ਬਸ ਸਰ ਨੂੰ ਫੋਨ ਫੜਾ ਦੋ। ਚੱਲ ਵੀ ਬਿਸਮਾਤ, ਧਿਆਨ ਨਾਲ ਦੇਖੀ ਬਿਸਮਾਤ, ਤੁਸੀਂ ਗੈਸ ਕਰਨਾ, ਠੀਕ ਹੈ? ਕੀ ਕਹਿ ਰਹੇ ਆ? ਬੰਦਾ ਮਾਰ ਕੇ ਭੰਗੜਾ ਤਾਂ ਠੀਕ ਹੈ, ਪਹਿਲਾਂ ਕੀ ਕਰਦੇ ਹੋ? ਦਾਰੂ ਪੀ ਕੇ? ਉਹ ਤਾਂ ਬੰਦਾ ਮਾਰਨਾ ਹੀ ਹੁੰਦਾ। ਸਹੀ 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 ਸੋਚ ਰਹੇ ਹੋ, ਸਹੀ ਸੋਚ ਰਹੇ ਹੋ। ਬੰਦਾ ਮਾਰ ਕੇ ਨੱਚ ਰਹੇ ਹੋ, ਬੰਦਾ ਮਾਰ ਕੇ ਨੱਚ ਰਹੇ ਹੋ, ਬੰਦਾ ਮਾਰ ਕੇ ਨਹੀਂ, ਫਿਰ ਹੋਰ ਤਾਂ ਮਾਰਨ ਤੋਂ ਬਿਨਾਂ ਕੋਈ ਸਮਝ ਨਹੀਂ ਆ ਰਿਹਾ। ਇਹਦਾ ਕਲਾਕਾਰ ਦਾ ਵੀ ਨਾਮ ਲੈ ਸਕਦੇ ਹੋ ਕਿਸੇ ਵੀ, ਕਿਹਦਾ ਗਾਣਾ ਹੈ, ਕਿਹਦਾ ਗਾਣਾ ਹੈ, ਕੀ ਸੀ ਉਹ ਬੰਦਾ, ਕੌਣ ਕੌਣ ਗਾਉਂਦਾ ਜਿਆਦੇ ਬੰਦੇ ਮਰਨ ਦੇ ਗਾਣੇ? ਇਹ ਬੰਦਾ ਮਰਨ ਗਾਣਾ ਉਦਾਂ ਦਾ ਹੈਗਾ ਹੀ ਨਹੀਂ ਹੈ। ਅੱਛਾ, ਤੇ ਫਿਰ? ਹਾਂ, ਇਹ ਠੀਕ ਹੈ, ਇਹ ਠੀਕ ਹੈ। ਓਕੇ 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 ਓਕੇ, ਇਹਨੂੰ ਈਜ਼ੀ ਕਰਦਾ, ਤੁਸੀਂ ਪੁੱਛੋ ਕਿ ਇੱਕ ਵਰਡ ਹੈ, ਦੋ ਵਰਡ ਹੈ, ਤਿੰਨ ਵਰਡ ਹੈ, ਕਿੰਨੇ ਕੁ ਵਰਡ, ਕਿੰਨੇ ਲਾਈਨ 'ਚ? ਉਹ ਤਾਂ ਕੁਝ ਤਾਂ ਦਿਮਾਗ 'ਚ ਆਵੇ ਪਹਿਲਾਂ ਵੀ, ਹੈ ਕੀ ਹੈ? ਨਹੀਂ, ਤੁਸੀਂ ਇੱਕ ਵਰਡ ਸਹੀ ਗੈਸ ਕਰ ਚੁੱਕੇ ਹੋ ਆਲਰੇਡੀ, ਤੁਸੀਂ ਸਹੀ ਗੈਸ ਕੀਤਾ ਹੈ। ਹਾਂ,
ਆਰਟਿਸਟ ਦਾ ਨਾਮ ਆਰਟਿਸਟ ਦਾ ਨਾਮ ਕਿਸੇ ਦਾ ਹਾਂ ਗਾਣਾ ਹੀ ਹੈ ਹਾਂ ਗਾਣੇ ਦੇ ਵਿੱਚ ਭੰਗੜਾ ਆਉਂਦਾ ਹੈ ਤੀਸਰਾ ਵਰਡ ਭੰਗੜਾ ਹੈ ਓਕੇ ਹੁਣ ਕੀ ਸੀ ਦੁਬਾਰਾ ਪਤਾ ਨਹੀਂ ਮੈਂ ਸੁਣਿਆ ਨਾ ਹੋਵੇ ਜਿਹੜਾ ਮੈਂ ਸੁਣਿਆ 100% ਸੁਣਿਆ ਹੈ ਬਿਸਮਾ ਤੁਸੀਂ ਵੀ ਪੱਕਾ ਸੁਣਿਆ ਉਹ ਜਿਹੜਾ ਵਰਡ ਹੈ ਉਹ ਦੱਸ ਦੋ ਸਿੰਗਰ ਹੈ ਅੱਜ ਦੀ ਡੇਟ 'ਚ ਵੀ ਉਹਦਾ ਬੜਾ ਨਾਮ ਹੈ ਕਿਹਦੀ ਵੈਸ ਨਹੀਂ ਫਿਰ ਫੀਮੇਲ ਦਿਖਾਣ ਲੱਗ ਗਿਆ ਗਲਾ ਵੱਢਣਾ ਯਾਦ ਆਉਂਦਾ ਚਲੋ ਵੱਜੀ ਲਿਆ ਫਿਰ ਵੀ ਤੁਸੀਂ ਸਚਿਨ ਜੀ ਤੇ ਬਿਸਮਾਦ ਨੂੰ ਸਮਝਾਉਣਾ ਸਚਿਨ ਜੀ ਦੇਖਿਓ ਹੁਣ ਤੁਸੀਂ ਇਹ ਤਾਂ ਮੈਨੂੰ ਲੱਗਦਾ ਸੌਖਾ ਹੀ ਸਮਝ ਆ ਜੂ ਹੈਨਾ ਗੋਲ ਰੋਲ 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 ਸਭ ਹਾਂ ਬਿਸਮਾਦ ਸਹੀ ਇੱਕ ਵਰਡ ਸਹੀ ਹੈ ਪਹਿਲਾਂ ਇੱਧਰ ਦੇਖੋ ਰੋਲ ਗੋਲ ਸਭ ਗੋਲ ਧਰਤੀ ਗੋਲ ਅਰਥ ਗੋਲ ਗੋਲ ਮਾਲ ਰਿਟਰਨਸ ਦੁਨੀਆ ਇੱਕ ਵਾਰ ਪਹਿਲਾ ਵਾਲਾ ਠੀਕ ਆ ਇੱਕ ਬਿਸਮਾਦ ਦਾ ਵੀ ਸਹੀ ਪਹਿਲਾ ਵਾਲਾ ਠੀਕ ਆ ਮੈਂ ਰੋਲ ਨੋ ਗੋਲ ਕੁਝ ਹੋਰ ਵੀ ਬੋਲੇ ਗੋਲ ਇੱਕ ਤੁਹਾਡਾ ਠੀਕ ਆ ਜਿਹੜਾ ਪਹਿਲਾਂ ਗੋਲ ਹਾਂ ਇਹ ਦੁਨੀਆ ਗਾਣਾ ਹੈ ਗਾਣਾ ਦੁਨੀਆ ਔਰ ਹੋਰ ਕੀ ਬੋਲਿਆ ਸੀ ਓਕੇ ਬਿਸਮਾਦ ਤੁਹਾਡੀ ਟਰਨ ਬਹੁਤ ਹੀ ਈਜ਼ੀ ਹੈ ਤੁਸੀਂ ਕੋਸ਼ਿਸ਼ ਕਰਨਾ ਬਹੁਤ ਹੀ ਈਜ਼ੀ ਔਰ ਬੋਲਣਾ ਨਹੀਂ ਹੈ ਠੀਕ ਹੈ ਵੈਰੀ ਈਜ਼ੀ ਸਚਿਨ ਸਰ ਨੂੰ ਦਿਖਾ ਦਿਓ ਕਿਉਂ ਔਖਾ ਸਮਝਾਉਣਾ ਨਹੀਂ ਇਹ ਨਹੀਂ ਹੁੰਦਾ ਸਾਡੇ ਤੁਸੀਂ ਤੇ ਕਰ ਲੋਗੇ ਯਾਰ ਤੁਸੀਂ ਤੇ ਪ੍ਰੋ ਮੈਂ ਪ੍ਰੋ ਹਾਂ ਤਾਂ ਪਰ ਇੰਨਾ ਵੀ ਪ੍ਰੋ ਆ ਨਹੀਂ ਸਿਕਸ ਸਿਕਸ ਗਾਣਾ ਹੈ ਕੋਈ ਫਿਲਮ ਦਾ ਟਾਈਟਲ ਆ ਗਾਣਾ ਹੈ ਤਾਂ ਗਾਣਾ ਹੀ ਹੈ ਫਿਲਮ ਦਾ ਗਾਣਾ ਹਾਂ ਪੁਰਾਣੀ ਹਿੰਦੀ ਚਲੋ ਇਹ ਵੀ ਦੱਸਤਾ ਹਾਂ ਬੱਚਿਆਂ ਵਾਲਾ ਗਾਣਾ ਹੈ ਹੁਣ ਕਰਕੇ ਦਿਖਾਓ ਸੱਚੀ ਜੀ ਉਹਦੇ ਚ ਮਜ਼ਾ ਹੈ ਜਲੇਬੀ ਗੋਲ ਜਲੇਬੀ ਨਹੀਂ ਇਹ ਤਾਂ ਕੌਣ ਹੁੰਦਾ ਹੈ ਹਾਂ ਹਾਏ ਹਾਏ ਵਧੀਆ ਦੇ ਕਰ ਰਹੇ ਰਾਜਪੂਤ ਆਪਣਾ ਕਿਹੜਾ ਰਿਸ਼ਤੇਦਾਰ ਮਤਲਬ ਕਿਸ ਉਮਰ ਦੇ ਦਾਦਾ ਨਹੀਂ ਹੋਰ ਨਾਨਾ ਹਾਂ ਨਾਨਾ ਡੈਡੀ ਨਾਨਾ ਨਾਨੀ ਹਾਂ ਨਾਨੀ ਨਾਨੀ ਹਾਂ ਦਾਦੀ ਨਾਨੀ ਹਾਂ ਮੋਰਨੀ ਨਾਨੀ ਮੋਰਨੀ ਨਾਨੀ ਤੇਰੀ ਨਾਨੀ ਤੇਰੀ ਮੋਰਨੀ ਕੋ ਮੋਰ ਲੈ ਗਏ ਹਾਂ ਨਾਨੀ ਤੇਰੀ ਮੋਰਨੀ ਕੋ ਮੋਰ ਚੋਰ ਲੈ ਗਏ ਸਚਿਨ ਜੀ ਆਮ ਨਾਟ ਰੋਂਗ ਵੈਨ ਆਈ ਸੇ ਯੂ ਆਰ ਅ ਪ੍ਰੋ ਮੈਨੂੰ ਵੀ ਡਾਂਟ ਦਿੰਦੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਹੀ ਕੂਲ ਹੋ ਵੀ ਉਹਨਾਂ ਦੀ ਕਈ ਨਜਾਇਜ਼ ਡਿਮਾਂਡਸ ਨੂੰ ਪੂਰਾ ਕਰ ਦਿੰਦੇ ਹੋ ਤੁਸੀਂ ਕੁਛ ਕਹਿੰਦੇ ਨਹੀਂ ਉਹਨਾਂ ਨੂੰ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਯਾਰ ਏਜ ਇਹਨਾਂ ਨੇ ਦੁਬਾਰਾ ਮੁੜ ਕੇ ਆਉਣੀ ਨਹੀਂ ਹੈ ਅੱਗੇ ਜ਼ਿੰਦਗੀ 'ਚ ਫਿਰ ਉਹੀ ਉਲਝਣਾਂ ਟੈਨਸ਼ਨਾਂ ਜਿਹੜੀਆਂ 'ਚ ਅਸੀਂ ਫਿਰਦੇ ਹਾਂ ਮੈਂ ਕਿਹਾ ਜੋ ਲਾਈਫ ਉਹਨਾਂ ਨੂੰ ਇੰਜੋਏ ਕਰਨ ਨੂੰ ਮਿਲਦੀ ਹੈ ਠੀਕ ਹੈ ਆਪਣਾ ਪੜ੍ਹਾਈ ਕਰਨੀ ਚਾਹੀਦੀ ਹੈ ਸਭ ਕੁਛ ਕਰਨਾ ਚਾਹੀਦਾ ਠੀਕ ਹੈ ਯਾਰ ਮੈਂ ਕਿਹਾ ਬੱਚੇ ਬੱਚਿਆਂ ਨੂੰ ਇੰਜੋਏ ਕਰ ਲੈਣ ਦਿਓ ਕੋਈ ਨਹੀਂ ਬੱਚਿਆਂ ਦੀ ਥਾਂ 'ਤੇ ਮੈਂ ਝਿੜਕਾ ਖਾ ਲੈਂਦਾ ਮੰਮੀ ਤੋਂ
ਗਰੇਵਾਲ ਸਾਹਿਬ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕਦੇ ਇਕੱਲੇ ਬੈਠੇ, ਕਈ ਵਾਰੀ ਇੱਦਾਂ ਜਿੱਦਾਂ ਸਚਿਨ ਜੀ ਹੁਣੇ ਕਹਿ ਰਹੇ ਨਾ, ਕਈ ਵਾਰੀ ਸੱਚੀ ਬਹੁਤ ਦਿਲ ਕਰਦਾ ਕਿ ਕਾਸ਼ ਫਿਰ ਤੋਂ ਬੱਚੇ ਬਣ ਜਾਈਏ, ਲਾਈਕ ਕਈ ਵਾਰੀ ਇੰਨੀ ਕੁ ਟੈਨਸ਼ਨ ਜੀ ਫੀਲ ਹੁੰਦੀ ਨਾ ਦਿਲ ਕਰਦਾ ਯਾਰ ਉੱਦਾਂ ਹੀ ਚੰਗੇ ਸੀ, ਕਈ ਵਾਰੀ ਇੱਦਾਂ ਵੀ ਲੱਗਦਾ ਕਿ ਉਹ ਸਕੂਲ ਦੀ ਜਿਹੜੀ ਮਾੜੀ ਮੋਟੀ ਟੈਨਸ਼ਨ ਹੁੰਦੀ ਸੀ ਉਹ ਤਾਂ ਕੋਈ ਟੈਨਸ਼ਨ ਹੀ ਨਹੀਂ ਸੀ ਯਾਰ, ਟੈਨਸ਼ਨਾਂ ਤਾਂ ਹੁਣ ਸ਼ੁਰੂ ਹੋਈਆਂ, ਇੱਦਾਂ ਕਦੇ ਹੁੰਦਾ ਫਰੀ ਟਾਈਮ? ਕਿਉਂਕਿ ਉਦੋਂ ਕਈ ਵਾਰੀ ਜਦੋਂ ਬੱਚੇ ਹੁੰਦੇ ਸੀ ਨਾ ਉਦੋਂ ਇੱਦਾਂ ਲੱਗਦਾ ਹੁੰਦਾ ਸੀ ਕਿ ਯਾਰ ਜ਼ਿੰਦਗੀ ਤਾਂ ਮੰਮੀ ਡੈਡੀ ਹੋਣਾ ਦੀ ਆ, ਜਾਂ ਜਿਹੜੇ ਇਹ ਨੇ ਇਹਨਾਂ ਨੂੰ ਨਾ ਸਕੂਲ ਜਾਣਾ ਪੈਂਦਾ, ਨਾ ਇਹਨਾਂ ਨੂੰ ਹੋਮਵਰਕ ਕਰਨਾ ਪੈਂਦਾ, ਨਾ ਇਹਨਾਂ ਨੂੰ ਟੀਚਰ ਦਾ ਡਰ ਹੈ, ਉਹਨਾਂ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ। ਬਟ ਜਦੋਂ ਵੱਡੇ ਹੋਏ ਆ ਪਤਾ ਮਤਲਬ ਹੁਣ ਹੀ ਲੱਗਦਾ ਕਿ ਨਹੀਂ, ਜਿਹੜੀ ਜਿਹੜਾ ਜਿਹੜਾ ਸਭ ਤੋਂ ਤੁਹਾਡੀ ਲਾਈਫ ਦਾ ਵਧੀਆ ਟਾਈਮ ਹੈ ਨਾ ਉਹ ਬਚਪਨ, ਜਦੋਂ ਉਹ ਲੰਘ ਗਿਆ ਉਹਦੇ ਤੋਂ ਬਾਅਦ ਤਾਂ ਟੈਨਸ਼ਨਾਂ ਹੀ ਨੇ, ਫਿਰ ਲੱਗਦਾ ਕਿ ਉਹ ਹੋਮਵਰਕ ਦੀ ਜਾਂ ਟੀਚਰਾਂ ਦੀ ਉਹ ਕਾਹਦੀਆਂ ਟੈਨਸ਼ਨਾਂ ਦੀ, ਟੈਨਸ਼ਨਾਂ ਤਾਂ ਬਾਅਦ 'ਚ ਹੀ ਪੈਂਦੀਆਂ ਜੋ ਬੰਦੇ ਨੂੰ। ਇਸ ਕਰਕੇ ਮੈਂ ਜਿਹੜੇ ਜਿਹੜੇ ਹੁਣ ਬਚਪਨ ਨੂੰ ਹੈ ਨਾ ਜਿਉਂ ਰਹੇ ਆ ਸਾਰੇ ਸਾਡੇ ਬੱਚੇ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਬੈਸਟ ਟਾਈਮ ਆ, ਇਹਦੇ ਨਾਲ ਵਧੀਆ ਟਾਈਮ ਤੁਹਾਡੀ ਜ਼ਿੰਦਗੀ 'ਚ ਕਦੇ ਨਹੀਂ ਆਉਣਾ। ਦੈਟਸ ਟਰੂ। ਪਰ ਹੁਣ ਦੇਖਿਓ ਨਾਲ ਇੱਕ ਕੰਟਰਾਸਟਿੰਗ ਆਨਸਰ ਸਾਨੂੰ ਬਿਸਮਾਤ ਤੋਂ ਮਿਲੇਗਾ। ਬਿਸਮਾਤ, ਤੁਹਾਨੂੰ ਸਕੂਲ ਜਾਣਾ ਪਸੰਦ ਹੈ? ਹਰਜਿੰਦਰ ਤੇ ਆ ਗਿਆ, ਕੰਪੋਜੀਸ਼ਨ ਠੀਕ ਹੈ, ਇਹ ਇਦਾਂ ਦਾ ਹੀ ਸਾਊਂਡ ਹੈ ਉਹਦਾ, ਰਿਲੇਟਡ ਹੀ ਆ, ਠੀਕ ਹੈ ਕੋਈ ਨਹੀਂ। ਅੱਛਾ ਇੱਕ ਗੱਲ ਦੱਸੋ ਹੁਣ ਸੱਚੀ ਸੱਚੀ, ਬਿਲਕੁਲ ਘਬਰਾਉਣਾ ਨਹੀਂ ਹੈ ਕਿ ਕੌਣ ਕੌਣ ਇੱਥੇ ਬੈਠਾ, ਸਚਿਨ ਸਰ ਸਟ੍ਰਿਕਟ ਹੈ? ਹਾਂਜੀ। ਇਹ ਬੱਚੇ ਆਨੈਸਟ, ਸਟ੍ਰਿਕਟ ਦਾ ਮਤਲਬ ਪਤਾ ਹੈ ਤੈਨੂੰ? ਮੈਨੂੰ ਸਟ੍ਰਿਕਟ ਦਾ ਮਤਲਬ ਕਿ ਸਚਿਨ ਸਰ ਥੋੜਾ ਗੁੱਸਾ ਕਰਦੇ? ਨਹੀਂ ਪਹਿਲੇ ਕਿਹਾ, ਗਰੇਵਾਲ ਸਾਹਿਬ ਤੁਹਾਨੂੰ ਪੁੱਛਣਾ ਚਾਹੂੰਗੀ, ਤੁਹਾਡੀ ਫਸਟ ਸਟੂਡੀਓ ਵਿਜ਼ਿਟ ਯਾਦ ਹੈ? ਪਹਿਲੀ ਵਾਰ ਜਦੋਂ ਗਏ, ਨਰਵਸ, ਐਕਸਾਈਟਿਡ, ਕਿੱਦਾਂ ਦਾ ਸੀਗਾ ਮਾਹੌਲ? ਮੇਰੇ ਯਾਦ ਆ ਇੰਦਰਲੋਕ ਸਟੂਡੀਓ ਮੈਂ ਫਸਟ ਟਾਈਮ ਗਿਆ ਸੀ, ਹੈ ਨਾ, ਉਹ ਫਾਈਨ ਟੋਨ ਕੰਪਨੀ ਉਹ ਮੈਨੂੰ ਲੈ ਕੇ ਗਏ ਸੀ, ਹਰਿੰਦਰ ਭਾਅ ਜੀ ਹੁਣੀ ਅਤੇ ਤੇਜਵੰਤ ਕਿੱਟੂ ਜੀ, ਉਹਨਾਂ ਨੂੰ ਮਿਲੇ ਉੱਥੇ, ਉਦੋਂ ਉਹ ਵੀ ਟੀਚਰ ਸੀਗੇ, ਉਹਨਾਂ ਦੇ ਵੀ ਮੇਰਾ ਖਿਆਲ ਉਹਦੇ ਤੋਂ ਪਹਿਲਾਂ ਨਹੀਂ ਸੀ ਐਲਬਮ ਕੋਈ, ਮੈਂ ਵੀ ਸਟੂਡੈਂਟ ਸੀ, ਸੋ ਬਸ ਉੱਥੇ ਜਾ ਕੇ, ਪਰ ਇੰਨਾ ਮਤਲਬ ਡਰ ਤਾਂ ਨਹੀਂ ਸੀਗਾ ਕਿਉਂਕਿ ਉਹਦੇ ਤੋਂ ਪਹਿਲਾਂ ਮੈਂ ਕਾਫੀ ਜਿਹੜੇ ਮੇਲਿਆਂ ਦੇ ਉੱਪਰ, ਸਟੇਜਾਂ ਦੇ ਉੱਪਰ ਇੱਦਾਂ ਦਾ ਬਹੁਤ ਪਰਫੋਰਮ ਕਰ ਚੁੱਕਿਆ ਸੀ 1.5-2 ਸਾਲ, ਸੋ ਉਹਦੇ ਕਰਕੇ ਫਿਰ ਉੱਥੇ ਜਾ ਕੇ ਉਹਨਾਂ ਨਾਲ ਤਿਆਰੀ ਤਿਊਰੀ ਸ਼ੁਰੂ ਕੀਤੀ, ਪਰ ਉਹ ਟਾਈਮ ਮਤਲਬ ਵਧੀਆ ਹੀ ਸੀਗਾ, ਉਹੋ ਜਿਹਾ ਜੋ ਉਦੋਂ ਦੀ ਐਕਸਾਈਟਮੈਂਟ ਸੀ, ਹੈ ਨਾ, ਉਹਨਾਂ ਚੀਜ਼ਾਂ 'ਚ ਜੋ ਇੰਜੋਇਮੈਂਟ, ਉਹ ਫਸਟ ਟਾਈਮ ਵਾਲਾ ਜੋ ਹੁੰਦਾ, ਹੈ ਨਾ, ਮਤਲਬ ਉਹ ਤਾਂ ਮੁੜ ਕੇ ਤੁਸੀਂ ਮਿਸ ਹੀ ਕਰਦੇ ਹੋ ਹਮੇਸ਼ਾ। ਜਦੋਂ ਪਹਿਲੀ ਵਾਰ ਆਵਾਜ਼ ਰਿਕਾਰਡ ਹੁੰਦੀ ਹੈ, ਫਿਰ ਤੁਹਾਨੂੰ ਸੁਣਾਉਂਦੇ ਆ ਔਰ ਉਹ ਵੱਡੇ ਸਪੀਕਰ 'ਚ ਸੁਣਨ ਨੂੰ ਮਿਲਦੀ ਆ, ਅਜੀਬ ਜਿਹਾ ਲੱਗਦਾ ਕਿ ਵਾਓ ਮੇਰੀ ਆਵਾਜ਼ ਇੰਨੀ ਸੋਹਣੀ ਲੱਗ ਰਹੀ ਆ, ਉਹ ਯਾਦ ਹੈ ਤੁਹਾਨੂੰ? ਉਹ ਸਭ ਤੋਂ ਜ਼ਿਆਦਾ ਜਦੋਂ ਐਲਬਮ ਰਿਕਾਰਡ ਹੋ ਗਈ ਸੀਗੀ, ਔਰ ਮੈਨੂੰ ਲੱਗਦਾ ਜਦੋਂ ਮੈਂ ਘਰੇ ਸਾਡੇ ਕੋਲ ਉਹ ਐਡੀ ਕੁ ਇੱਟ ਟਾਈਪ ਜੇ ਇੱਕ ਹਨਾ ਉਦੋਂ ਟੇਪ ਰਿਕਾਰਡ ਹੁੰਦੇ ਸੀ, ਉਹਦੇ ਉੱਪਰ ਮੈਂ ਸਾਡੇ ਪਿੰਡ ਮਤਲਬ ਚੁੱਲ੍ਹੇ ਚੌਂਕੇ 'ਚ ਬੈਠ ਕੇ ਜਿੱਥੇ ਸਾਡੀ ਮਾਤਾ ਰੋਟੀਆਂ ਪਕਾ ਰਹੀ ਸੀ, ਜਾਂ ਉਦੋਂ ਮੈਂ ਜਦੋਂ ਪਲੇ ਕੀਤੀ ਉਹ ਮਤਲਬ ਸੀਨ ਮੈਨੂੰ ਹਲੇ ਵੀ ਯਾਦ ਆ ਕਿ ਉਹ ਉਹਨਾਂ ਨੂੰ ਨਹੀਂ ਸੀ ਯਕੀਨ ਹੋ ਰਿਹਾ ਕਿ ਅੱਛਾ ਸਾਡੇ ਮੁੰਡੇ ਦੀ ਵਾਜ ਟੇਪ 'ਚ ਆ ਰਹੀ ਆ, ਮਤਲਬ ਇੱਡੇ ਐਡਾ ਇਹਨੇ ਇਹਦੀ ਸੱਚੀ ਟੇਪ ਰਿਕਾਰਡ ਹੋ ਗਈ, ਔਰ ਵਾਕਈ ਮੈਨੂੰ ਨਹੀਂ ਸੀ ਇੱਦਾਂ ਮਤਲਬ ਲੱਗਦਾ ਕਿ ਮੈਂ ਕਦੇ ਇੱਦਾਂ ਪ੍ਰੋਫੈਸ਼ਨਲੀ ਮੇਰੀ ਟੇਪ ਰਿਕਾਰਡ ਹੋਊਗੀ, ਕਿਉਂਕਿ ਸੋਚਿਆ ਹੀ ਨਹੀਂ ਸੀ ਕਦੇ, ਸੋ ਪਰ ਉਹ ਤਾਂ ਬਹੁਤ ਹੀ ਵਧੀਆ ਜਿਹੜਾ ਮਤਲਬ ਉਹ ਟਾਈਮ ਹੁਣ ਵੀ ਯਾਦ ਕਰਕੇ ਮੈਨੂੰ ਮਤਲਬ ਇੱਦਾਂ ਹੁੰਦਾ ਕਿ ਉਦੋਂ ਦੁਬਾਰਾ, ਕਿਉਂਕਿ ਬਾਅਦ 'ਚ ਚਾਹੇ ਜੋ ਤੁਸੀਂ ਉਦੋਂ ਵਧੀਆ ਰਿਕਾਰਡ ਹੋਈ ਜਾਣ, ਹੈ ਨਾ, ਮੈਂ ਸਭ ਤੋਂ ਪਹਿਲੀ ਵਾਰੀ ਸਕੂਟਰ ਲਿਆ ਸੀ ਮੇਰੇ ਯਾਦ ਆ, ਉਹਨੂੰ ਖੜਾ ਕਰਕੇ ਸੱਚ ਰਾਤ ਨੂੰ ਕਿਤੇ ਮਤਲਬ ਵਾਸ਼ਰੂਮ ਵੀ ਜਾਣਾ ਨਾ ਉੱਠ ਕੇ, ਤਾਂ ਵੀ ਉਹਦਾ ਉੱਤੋਂ ਐਂ ਚੱਕ ਕੇ ਝੱਗਾ ਜਿਹਾ ਦੇਖਣਾ ਉਹਦੇ ਉੱਤੇ ਕੱਪੜਾ ਵੀ ਠੀਕ ਦਾ ਖੜਾ, ਕੋਈ ਪ੍ਰੋਬਲਮ ਤਾਂ ਨਹੀਂ, ਉਹ ਤੋਂ ਬਾਅਦ ਚਾਹੇ ਤੁਸੀਂ ਕਰੋੜਾਂ ਦੀਆਂ ਗੱਡੀਆਂ ਲੈ ਲਈਆਂ, ਇਹਨਾਂ ਦੀ ਉੱਨੀ ਕੇਅਰ ਨਹੀਂ ਹੈ, ਪਰ ਜਿੰਨੀ ਉਹਦੀ ਹੁੰਦੀ ਸੀ ਹੈ ਨਾ ਵੀ ਰਾਤ ਨੂੰ ਉੰਨਾ ਕੁ ਟਾਈਮ ਵੀ ਕਿਸੇ ਨੇ ਛੇੜ ਹੁਣੀ ਨਾ, ਮੈਂ ਗੱਡੀ ਲਈ ਮਰਸਡੀਜ਼ ਲਈ ਸੀ ਜਦੋਂ,
तो मैं जिदन लैके आया अगले दिन संडे सी तो गड्डी घर के अंदर खड़ी हुई सी तो मैं 11:30 बजे का टाइम मैं एक कपड़ा चक के जाके गड्डी खोल के अंदर गड्डी साफ कर रहा सी। हाईलाइट ये सी कि डैडी कितने गए हुए सी उपरों दी डैडी आ गए तो अंदर आ गए ना दरवाज़ा खुला सी गड्डी का मैं अंदर बैठा साफ कर रहा तो मेरे वाल ना इदा झाँक के कि अंदर कौन है गड्डी च मैनू देख के ना जोर जोर दी हसन लग कहते कर ले पहला दिन है ना भी एक दो दिन दो चार दिन ही करनी है ना मुड़ के मुड़ के तू पता कितने दिन करनी तू कर ले कोई नहीं पहले पहले तो बहुत ही चाह होता चाहे किसी कुछ भी नवा कर दे गाना या जिदा सचिन जी कह रहे कोई चीज घरे लेके आओ नेक्स्ट लेवल एक्साइटमेंट होंगी और दूसरे उस तो वधिया भी होंगे ना उस तरह की एक्साइटमेंट नहीं बन पाती अंदर जो एल्बम आई मैं उदों कॉलेज पढ़ता सीगा बस से ही आना जाना हुंदा सी उदों ना तो मैं हले भी याद आ कि बस दे विच चढ़ के ना मतलब इदा मैं खड़ा तो इन्ना कोई जवाक सी उन्हें कितने सुन ली होनी है दो चार दिन पाँच दिन हो गए थी और मैं कहता कि मैं यार पढ़ नानक लाती दूरदर्शन जलंधर दूरदर्शन और आया सारे पता लग जा रात लोग सारे जान लग जाते जिवें ना रोशन मैनू रोशन प्रिंस मैनू गल सुनाया जाए एक बारी रोशन प्रिंस रियालिटी शो च आया सी पहली बारी तो मैं ही जज किया उन्हों चलो जी हुण हुंदा की सी उह पहली बारी सीगा रियालिटी शो ऑन टीवी पंजाबी तो जो अपने लोग ने उन्होंने कदे देखी नहीं सी ये सब चीज़ तो नवीं गल्लां सी जी सुर चढ़ गया सुर उतर गया फ्लैट हो गया शार्प हो गया तो रोशन नॉर्मली वधिया ही गाँदा सी एक दिन किसे दिन उहदा गड़बड़ सी परफॉर्मेंस तो मैं उन्होंने कमेंट किया होना मैं कहा भी तेरा ना सुर अज फ्लैट है तो अगली मॉर्निंग ना वो अपने जिथे रहिंदा सी बंगे वो किसी किरियाने की दुकान से समान लैन गया अपने महल से जिदा दुकाना होंगे तो जाके ना दुकान से उन्हें क्या समान दे समान कट रहा बंदा लड़के भाई रात को तो फ्लैट हो गया सी शूट करते हुए ना तो मतलब अच्छा भला आर्टिस्ट होगा जो वधिया एक्टर होगा ओनू जे कि डायरेक्टर ने माड़ा मोटा भी मतलब कई बंद आदत होंगी उतो ही माइक च बोल देना भाजी इदा नहीं आ रहा यार थोड़ा जहा गड़क के बोलो तो कुछ क बंदे नेड़े जाके समझाते हैं किसी ने कहता अच्छा वो पहला लोगों को कोई पता नहीं होंगे वो बिचों कोई भी देसी जहा भी उठूगा थोड़ी जी बनी नहीं गल माड़ा जहाँ ए करके वो कहना यार भीड़ चढ़ जा जाके मतलब वो भी समझा लग जाते आके फिर भी उन्हें कहता यदा मतलब तो उतो ही नहीं छोटे फॉर्मेट ते जांदे जा रहे हैं शॉर्ट वीडियोस फॉर्मेट्स हुण तुसीं मेरा ख्याल वैसे भी गाने गुणे जिहड़े डीजे ते भी प्ले हुंदे आ उहनां दा भी वध तों वध मेरा ख्याल एक मिनट कोई होई चलदा ओह जानू दा चेंज कर ले अगला बट उहदे तों बाद च अगला तुसीं इक चीज़ देखो ना डीजे दी आपां गल करदे आ तुसीं पता नहीं पहलां नोटिस कीता है कि नहीं हुण किसी भी विआह ते गए ना उदों नोटिस जरूर करियो या किसी भी फंक्शन ते कि जदों डीजे वाला शुरू करदा ना जदों विआह शुरू हुंदा नच्चण वाला कोई नहीं हुंदा उत्थे उदों लगदे नवें नवें गाने लेटेस्ट ट्रेंडी जेड़ा ये वो एक्स वाई जेड जदों फ्लोर ते बंदे आउंदे आ ना फिर उही चलदा वी वेख के सवेरे जीजा खाली होए बड्डे होए टेडी पग वालिया फिर उही 20 साल पुराने गाने जड़े आ पूरी प्लेलिस्ट ओ चलदी है डेढ़ दो घंटे यस और ओना ते ही एक्चुअली भंगड़ा पैंदा है ओना ते डांस ओना ते डांस वाले उही ने अज दे गीत मेरा ख्याल मोस्टली गाने इहो जने जेड़े स्टेज ही नहीं हैगे एल्बम म्यूजिक ना परफॉर्म नहीं हो सकता म्यूजिक
ਉਹ ਪ੍ਰੈਕਟੀਕਲ ਨਹੀਂ ਹੈਗਾ ਸਟੇਜ ਦੇ ਉੱਤੇ ਪਰਫਾਰਮ ਕਰਨਾ ਜਾਂ ਉਹਦੇ ਤੇ ਭੰਗੜਾ ਪਾਉਣਾ ਤੇ ਔਰ ਜਿਹੜਾ ਢੋਲ ਆ ਉਹ ਤਾਂ ਤੁਸੀਂ ਜਿਹੜੇ ਮਤਲਬ ਕੁਛ ਕੁ ਗਾਣੇ ਇਹੋ ਜਿਹੇ ਆ ਜਿਹਦੇ ਨਾਲ ਤੁਹਾਡੇ ਨਾਲ ਦੋ ਤਿੰਨ ਮਿਊਜ਼ੀਸ਼ੀਅਨ ਵੀ ਨਾ ਫਿਰ ਵੀ ਲੋਕਾਂ ਨੂੰ ਮਜ਼ਾ ਆ ਜਾਂਦਾ ਪੂਰਾ ਉਹਨਾਂ ਗੀਤਾਂ ਦਾ ਬਟ ਕੁਛ ਇਹੋ ਜਿਹੇ ਨੇ ਚਾਹੇ ਤੁਸੀਂ 20 ਬੰਦੇ ਵੀ ਸਟੇਜ ਤੇ ਨਾਲ ਬਿਠਾ ਲਓ ਫਿਰ ਵੀ ਉਦਾਂ ਦਾ ਨਹੀਂ ਵਜਾ ਸਕਦੇ ਜਿਹੜਾ ਕੁਛ ਉਹ ਕਿਉਂਕਿ ਉਹ ਸਟੂਡੀਓ ਵਾਲੇ ਹੀ ਗਾਣੇ ਨੇ ਉਹ ਲਾਈਵ ਵਾਲੇ ਹੈ ਹੀ ਨਹੀਂ ਦੈਟਸ ਟਰੂ ਬਟ ਆਈ ਥਿੰਕ ਬਿਸਮਾਰ ਤੁਸੀਂ ਰੀਲਾਂ ਵੇਖਦੇ ਹੋ ਫੋਨ ਤੇ ਰੀਲਾਂ ਰੂਲਾਂ ਚਲਾਉਂਦੇ ਹੋ ਇੰਸਟਾਗ੍ਰਾਮ ਤੇ ਪਰ ਇੱਕ ਦੇਖ ਲਓ ਸਟਾਈਲ ਚਾਹੇ ਚੇਂਜ ਹੋ ਗਿਆ ਹੈ ਫਿਰ ਵੀ ਰੀਲਾਂ ਹੀ ਹੈ ਫਿਰ ਵੀ ਰੀਲਾਂ ਹੀ ਹੈ ਰੀਲਾਂ ਤੋਂ ਸ਼ੁਰੂ ਹੋਈ ਸੀ ਰੀਲਾਂ ਦੀ ਯਾਰ ਦੈਟਸ ਟਰੂ ਸੋ ਹੁਣ ਅਸੀਂ ਸੁਪਰ ਹੀਰੋਜ਼ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਸਾਡੇ ਜਿਹੜੇ ਸੁਪਰ ਸਟਾਰ ਇੱਥੇ ਮੌਜੂਦ ਨੇ ਉਹ ਸਾਨੂੰ ਇੱਕ ਵਧੀਆ ਜਿਹਾ ਗੀਤ ਸੁਣਾ ਦੇਣ ਫਿਰ ਮਜ਼ਾ ਆ ਜਾਏ ਸੁਪਰ ਹੀਰੋ ਫਿਰ ਅਸੀਂ ਇੰਟਰਵਿਊ ਰੈਪ ਅਪ ਕਰਾਂਗੇ ਆਹੀ ਸੁਣਾ ਦੇ ਫਿਰ ਸੁਪਰ ਹੀਰੋ ਕੋਲ ਬੜਾ ਹੀ ਨਚਰਦਾ ਤੇ ਬੰਦਾ ਹੈ ਦਿਲਦਾਰ ਬਾਪੂ ਮੇਰਾ ਕੈਂਠ ਬੜਾ ਹੈ ਕੀ ਬਾਤ ਹੈ ਲਵ ਦ ਲਿਰਿਕਸ ਲਵ ਲਵ ਦ ਲਿਰਿਕਸ ਬਿਸਮਾਰ ਤੁਸੀਂ ਬਹੁਤ ਸੋਹਣਾ ਗਾਇਆ ਐਂਡ ਆਈ ਐਮ ਸ਼ੋਰ ਤੁਸੀਂ ਵੱਡੇ ਸੁਪਰ ਸਟਾਰ ਬਣਨਾ ਤੁਹਾਡੇ ਕੋਲ ਇੰਨੇ ਫਾਦਰ ਫਿਗਰਸ ਹੈਗੇ ਨੇ ਜੋ ਤੁਹਾਡੇ ਤੁਹਾਨੂੰ ਗਾਈਡ ਕਰ ਰਹੇ ਨੇ ਤੁਹਾਨੂੰ ਸਹੀ ਰਾਹ 'ਚ ਤੋਰ ਰਹੇ ਨੇ ਐਂਡ ਆਈ ਐਮ ਵੈਰੀ ਵੈਰੀ ਸ਼ੋਰ ਯੂ ਗੋਇੰਗ ਟੂ ਬੀ ਅ ਬਿਗ ਨੇਮ ਇਨ ਦੀ ਇੰਡਸਟਰੀ ਆਲ ਦ ਬੈਸਟ Thank you Sachin ji and Garhwal saab for giving your time Thank you, sir. and superhero bahut 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 jaldi hun trending reels te aun wala hai once again so thank you so much for your time and ese gaji ptc showcase superhero gaana je nahi sunya te hune ja ke suno reel vi banao bye bye